ਕੰਮ ਕੀਤਾ ਤੁਹਾਡੀ ਮੈਂ ਸਵਾਗਤ ਕਰਦਾ ਵੀਰੋ ਤੁਹਾਡੀ ਬਹੁਤ ਤੁਸੀਂ ਘਾਲਾ ਘਾਲੀ ਆ ਤੇ ਮੈਂ ਸਾਰੇ ਜਥੇਬੰਦੀਆਂ ਜਿੱਦਾਂ ਮਾਤਾ ਸਰਕਰੀ ਸਿੰਘ ਦੇ ਪ੍ਰਧਾਨ ਡਾਕਟਰ ਸਾਹਿਬ ਬੈਠੇ ਭੀਖੇ ਬੈਠੇ ਬਹੁਤ ਵੱਡੀ ਸੇਵਾ ਉਹਨਾਂ ਦੀ ਤੇ ਸਭ ਜੀ ਸਿੰਘ ਬੱਬੂ ਨਹੀਂ ਆਇਆ ਤੇ ਮੇਰਾ ਹਰ ਕੋਈ ਜਥੇਬੰਦੀ ਚਲਾ ਰਹੇ ਜਿਹੜੇ ਤੇ ਉਹਨਾਂ ਨੂੰ ਕਿਹਾ ਨਹੀਂ ਗਿਆ ਜਾਂ ਕੀ ਪਰੇਸ਼ਾਨੀਆਂ ਤੇ ਉਹਨਾਂ ਨੂੰ ਜਿਹੜੀ ਸੇਵਾ ਉਹ ਵੀ ਦੌੜੀ ਉਹਨੂੰ ਲਾਓ ਤੇ ਬਾਕੀ ਟਰੈਫਿਕ ਦਾ ਇੰਤਜ਼ਾਮ ਜਿੱਦਾਂ ਹਰ ਸਾਹਿਬ ਕੋਟਲੇ ਬੜੀ ਸਰਾਮ ਥੱਲੇ ਬਣ ਗਈ ਇੱਧਰ ਹੁਸ਼ਿਆਰ ਸਾਹਿਬ ਦੇ ਅੰਦਰ ਹੈ ਤੇ ਟਰੈਫਿਕ ਹੋ ਚੁੱਕਾ ਥੋੜ੍ਹਾ ਟਰੈਫਿਕ ਦੂਰ ਰੱਖਿਓ ਮੈਂ ਸਾਹਿਬ ਇਹਦੀ ਪ੍ਰਵਾਨ ਕਰੋਗੇ ਟਰੈਫਿਕ ਜਿਹੜੀ ਹੈ ਨਾ ਆਉਣੀ ਉਹ ਥੋੜ੍ਹੀ ਦੂਰ ਰੱਖਿਓ ਮੈਂ ਕਿਹਾ ਥੋੜ੍ਹਾ ਗੁਰਦੁਆਰੇ ਜਾ ਕੇ ਨਗਰ ਕੀਰਤਨ ਹੋਊਗੀ ਅੱਜ ਨਗਰ ਕੀਰਤਨ ਆ ਜਾਏ ਗੱਲ ਜਿਹੜਾ ਜਿਹੜੇ ਨਗਰ ਕੀਰਤਨ ਦੀ ਗੱਲ ਆ ਹਾਂਜੀ ਹਾਂਜੀ ਉਧਰ ਤਾਂ ਇਹ ਬਿਲਕੁਲ ਹੀ ਬੰਦ ਕਰਾ ਦੇਣੀ ਹੈ ਚਲੋ ਬਿਲਕੁਲ ਬਿਲਕੁਲ ਇੱਕ ਗੱਲ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਇਸ ਪੰਜਾਬ ਦੀ ਸਫਾਈ ਆ ਉਹ ਕੰਪਲੀ ਹੋ ਆਜ ਉਹ ਕੋਲ ਹੋ ਗਿਆ ਕੋਈ ਰੋਲਾ ਨਹੀਂ ਆ ਵੀ ਤੁਸੀਂ ਉਹ ਜਿੱਦੀ ਲੱਗੋ ਐਕਟਿਵ ਸਾਹਿਬ ਕੋ ਇਹੋ ਨੂੰ ਚਿੱਠਾ ਕਈ ਵਾਰ ਲਿਖੀ ਦੀਆਂ ਇਹੋ ਤਵਾਦ ਹੀ ਕਰਦਾ ਹੁਣ ਦੇਖੋ ਮੇਰੀ ਬੇਇੱਜ਼ਤੀ ਮੇਰੀ ਬੇਇੱਜ਼ਤੀ ਸੁਣੋ ਮੈਂ ਸਾਹਿਬ ਤੁਸੀਂ ਇੱਥੋਂ ਦੇਰ ਸਾਹਿਬ ਨੂੰ ਚੱਲ ਪਓ ਦੇਖੋ ਕੀ ਹਾਲਾਤ ਆ ਸਟੇਡੀਅਮ ਦੇ ਸਾਹਮਣੇ ਲੋਕਾਂ ਗੱਲ ਸੁਣਿਆ ਲੋਕ ਇਹਦੇ ਬਾਹਰੋਂ ਸਖਤ ਕੈਨੇਡਾ ਤੋਂ ਇੰਗਲੈਂਡ ਤੋਂ ਕਿੱਥੋਂ ਲੋਕ ਆਉਂਦੇ ਆ ਉੱਥੇ ਢੇਰ ਲੱਗਾ ਮੈਂ ਬਾਈ ਕਈ ਨਾ ਉੱਥੇ ਲੜ ਕੇ ਲੋਕਾਂ ਨਾਲ ਇਹੋ ਕਿਤੇ ਧਰਤੀ ਜਦੋਂ ਸਾਡੀ ਕੋਲ ਸਾਨੂੰ ਗੁਰਦਾ ਤੁਸੀਂ ਕਹੋ ਤੇ ਲੋਕਾਂ ਆਏ ਹਨਾ ਜੇ ਜਥੇਬੰਦ ਹੋ ਕੇ ਕੰਮ ਕਰਨਾ ਪੜਾ ਇੱਥੇ ਲਾਇਆ ਮੈਂ ਉੱਥੇ ਵੇਲੇ ਰੋਣ ਕੰਮ ਕਰਦਾ ਜਥੇਬੰਦ ਹੋ ਕੇ ਕੰਮ ਕਰੋ ਵੇਖੋ ਲੋਕ ਘਰ ਦਾ ਕੰਮ ਆ ਸਾਰੇ ਆਵਾਜ਼ ਠਾਓ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਤੁਹਾਡਾ ਹੀ ਫਰਜ਼ ਸਾਰਾ ਆਪਣਾ ਸਾਰਿਆਂ ਦਾ ਫਰਜ਼ ਆ ਬਈ ਜਿੱਥੇ ਗੰਦ ਸ਼ਹਿਰ ਤੇ ਪਿਆ ਗੁਰਦੁਆਰੇ ਲਾਗੇ ਨਾ ਰਹਿੰਦੀਏ ਆਵਾਜ਼ ਠਾਓ ਜੱਟ ਤੇ ਕਹੋ ਸਾਰੇ ਵੀ ਇਹ ਹੋਣਾ ਨਹੀਂ ਚਾਹੀਦਾ ਹਨਾ ਅਖਬਾਰਾਂ 'ਚ ਦਿਓ ਆਪੋ ਆਪਣੇ ਦਿਓ ਸਾਰੇ ਇਕੱਠੇ ਹੋ ਕੇ ਦਿਓ ਠੀਕ ਆ ਨਾ ਫਿਰ ਕੀ ਹਾਲਾਤ ਆ ਹੁਣ ਮੇਲਾ ਲਾ ਕੇ ਜਦੋਂ ਹੁੰਦਾ ਉਦੋਂ ਇਹੋ ਮੰਦਾ ਹਾਲ ਹੋਣਾ ਚਾਹੀਦਾ ਉਹ ਗਾਂਧੀ ਪਈ ਆ ਕੋਈ ਖਿਆਲ ਨਹੀਂ ਕਰਦਾ ਕਿ ਇੱਕ ਪਾਸੇ ਕੋਈ ਗਾਂਧੀ ਜਿੱਦਾਂ ਮਰਜ਼ੀ ਉਹਦੇ ਲੋਕਾਂ ਨਹੀਂ ਉਹ ਗਾਂਧੀ ਨਹੀਂ ਸੁਣਦੇ ਪਏ ਕੋਈ ਕਿਸੇ ਦੀ ਸਰਕਾਰ ਕਿਸੇ ਦੀ ਸਰਕਾਰ ਆ ਆ ਢੱਲੋ ਸਾਹਿਬ ਨੂੰ ਜਿਹੜਾ ਕਹਿੰਦੇ ਵਿਚਾਰੇ ਨੇ ਉਹਦੇ ਫੋਨ ਕੀਤਾ ਅਰੇ ਐਮ ਐਲ ਸਾਹਿਬ ਨੂੰ ਕਹਿ ਕੇ ਉਹ ਚੁਕਾਇਆ ਇਹਨੂੰ ਮੈਂ ਕਿਹਾ ਆਹ ਗੱਲ ਹੈ ਇੱਥੇ ਰਾਜ ਰਾਜ ਖੈਰ ਕਰ ਦੱਸਿਆ ਹੁਣ ਇੱਦਾਂ ਵੀ ਜਿੱਥੇ ਇੱਥੇ ਕਿਸੇ ਦਾ ਜੋਰ ਜਾਂਦਾ ਜੀ ਸਰਕਾਰ ਉਹਦਾ ਕਰੋ ਕੰਮ ਹੁਣ ਇਹ ਸਮਾਂ ਇੱਦਾਂ ਬਦਲਦਾ ਜਿਹਨੂੰ ਮਹਾਰਾਜ ਸੇਵਾ ਦਿੱਤੀ ਹੋ ਕੇ ਲੱਗ ਜਾਂਦਾ ਉਹਨੂੰ ਕਹਿ ਦਿਓ ਥੋੜ੍ਹਾ ਅੱਗੇ ਲੱਗ ਗਿਆ ਉਹਨੂੰ ਕਹਿ ਦਿਓ ਉਸ ਪਾਰਟੀ ਨੂੰ ਕਹਿ ਦਿਓ ਭਾਈ ਤੂੰ ਸਾਡਾ ਕੰਮ ਕਰਾਉਣ ਦੀ ਕਰਦੇ ਹੋ ਕੇ ਥੋੜ੍ਹਾ ਜਿਹਾ ਵੇਖੋ ਸ਼ਹਿਰ ਦਾ ਕੰਮ ਆ ਉਹਦਾ ਸਖਤ ਨਹੀਂ ਲੰਘਣਾ ਨਗਰ ਕੀਰਤਨ ਲੰਘਣਾ ਉੱਥੇ ਬਿਲਕੁਲ ਪੁਲਿਸ ਨੂੰ ਇੱਕ ਡੀ ਐਸ ਪੀ ਉੱਥੇ ਗੰਦ ਨਾ ਸੁੱਟੋ ਜੀ ਸ਼ਹਿਰ 'ਚ ਗੰਦਗੀ ਦੇ ਢੇਰ ਕਿਨਾਰੇ 'ਤੇ ਨਹੀਂ ਹੋਣੇ ਚਾਹੀਦੇ ਇਹ ਡੀ ਐਸ ਐਸ ਪੀ ਨੂੰ ਲਿਖੋ ਡਿਪਟੀ ਨੂੰ ਲਿਖੋ ਐਸ ਡੀ ਨੂੰ ਲਿਖੋ ਡੀ ਓ ਨੂੰ ਸਫਾਈ ਸਟੇਜ ਸਾਰੀ ਬਰਾਬਰ ਹੁੰਦੀ ਹੈ ਤੇ ਮਹਾਰਾਜ ਦੇ ਪ੍ਰਕਾਸ਼ ਦੀ ਸਟੇਜ ਥੋੜੀ ਜਿਹੀ ਧੰਨ ਧੰਨ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਬੜੀ ਉੱਚ ਪੱਧਰ 'ਤੇ ਇਸ ਸਾਲ ਮਨਾਏ ਜਾਣੇ ਹਨ ਸਾਰੀਆਂ ਸਭਾ ਸਿਆੜੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਸੱਚਖੰਡ ਵਾਸੀ ਬੀਬੀ ਬਲਵੰਤ ਕੌਰ ਜੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਹੈ ਉਹਨਾਂ ਦੀ ਬਰਸੀ 21 ਮਾਰਚ ਨੂੰ ਇਸ ਸਥਾਨ 'ਤੇ 5 ਸ੍ਰੀ ਅਖੰਡ ਸਾਹਿਬਾਂ ਦੀ ਧੂਮ ਪਾ ਕੇ ਮਨਾਈ ਗਈ ਹੈ ਉਸ ਸਮੇਂ ਗੁਰਦੁਆਰਾ ਬੇਬੇ ਨਾਨਕੀ ਚੈਰੀਟੇਬਲ ਟਰੱਸਟ ਵੱਲੋਂ ਜੋ ਐਂਬੂਲੈਂਸ ਹੈ ਜੋ ਐਂਬੂਲੈਂਸ ਦੇ ਡਰਾਈਵਰ ਨੇ ਉਹਨਾਂ ਦਾ ਨਾਮ ਹੈ ਸਰਦਾਰ ਜਸਵਿੰਦਰ ਸਿੰਘ ਉਹਨਾਂ ਦਾ ਨੰਬਰ ਹੈ 8544878508 85448 78 508 ਸੋ ਇਹ ਐਂਬੂਲੈਂਸ ਇਸ ਇਲਾਕੇ 'ਚ ਨਹੀਂ ਜਿੱਥੇ ਵੀ ਕਿਸੇ ਨੂੰ ਲੋੜ ਹੋਵੇ ਗੁਰਦੁਆਰਾ ਬੇਬੇ ਨਾਨਕੀ ਸਾਹਿਬ ਜੀ ਦੇ ਮੰਦਰ ਸਾਹਿਬ ਨਾਲ ਸੰਪਰਕ ਕਰਨ ਸਰਕਾਰੀ ਹਸਪਤਾਲ ਨੂੰ ਵੀ ਇਹ ਐਂਬੂਲੈਂਸ ਅਸੀਂ ਦੇ ਦਿੱਤੀ ਹੈ ਉਹਨਾਂ ਨੂੰ ਆਖਿਆ ਜਦੋਂ ਵੀ ਜ਼ਰੂਰਤ ਹੋਵੇ ਗੁਰਦੁਆਰਾ ਬੇਬੇ ਨਾਨਕੀ ਤੋਂ ਲਿਜਾ ਸਕਦੇ ਨੇ ਇਸ ਐਂਬੂਲੈਂਸ ਦਾ ਕੋਈ ਕਿਰਾਇਆ ਨਹੀਂ ਹੈ
ड्राइवर साडा जाएगा। सो सात संगत जी जदों भी जरूरत होवे एंबूलेंस की गुरुद्वारा बीबी राजकियां संपर्क कर सकते हो। सो ये एंबूलेंस सात संगत वास्ते है क्योंकि सात संगत की माया समाज के सारा गुरुद्वारा चलता है। ये सारे गुरुद्वारे के प्रबंध जोड़े ने आप संगतान के सहयोग न चलते हैं। इस करके ये एंबूलेंस इतों के प्रबंधकों ने इतों की मैनेजमेंट कमेटी ने सरदार गुरदयाल सिंह जी मैनेजर साहब ने सात संगत जी ये बहुत वधिया उद्यम किया है कि जो एंबूलेंस सात संगत वास्ते खुले तौर पर ओपनली तौर पर ये अनाउंस किया है कि ये जो एंबूलेंस संगतान की सेवा वास्ते है। जिन्होंने एंबूलेंस की सेवा हो गई तो फिर नंबर नोट कर लो। सात संगत जी नाम है जसविंदर सिंह। सात संगत जी एंबूलेंस का जो ड्राइवर है उसका नाम है जसविंदर सिंह और एंबूलेंस के ड्राइवर का जो मोबाइल नंबर है मैं आप जी दसना। एंबूलेंस का जो ड्राइवर उसका बाबा जी एंबूलेंस इतने तेरे गुरुद्वारा साहब भी खड़ी होया करोगे। आप जी जिस नंबर से फोन करना है वो इस नंबर से डायरेक्ट भी कर सकते हो कि नहीं तो मैनेजर गुरदयाल सिंह नंबर से आप जी संपर्क कर सकते हो। तो ये बाबा जी यदा कोई एरिया वा भी इन्हें एरिए तक जाओगी तो उस गांह नहीं जाओगी जिथे लोड़ उथे तक पहुँचूगी। वाहगुरु जी का खालसा वाहगुरु जी की फतेह। जो सरदार अपने गुरदास उन्होंने पिता जी सरदार मुखी सिंह इन्हों की इस गुरु घर लिए है ना जमीन या होर भी सब कुछ देने की बहुत वही देन है पर अभी भी साढ़े प्रबंधकों ने जहाँ से साड़ियाँ इन गलतियां भी अभी किसी को दस नहीं सके हार ना पर इस वेल असी सारे तुम दसते हैं भी जी जो भी अभी बनाया ना पिछे ये सारा इन्होंने पिता जी की सारी देन सी उन्होंने जो भी उन्होंने बेनती की सरदार भगत सिंह उन्होंने सारा अपने संग्राम सिंह उन्होंने तो अपने होंगे सी अपने करुण सुरजीत सिंह होनी भाई सोना ने सारे ने जिन्होंने भी बेनती की उन्हें हरा सिर मत मनी किसी ने भी ये नहीं भगवान जी ने कदम नहीं कहा कि नहीं उस वेले कहते ठीक है जी। मैं ये गल करना भी इस परिवार की इस गुरु घर की बहुत वही सेवा आ पर अभी किसी ने सारे ना ही नहीं लिया ये साड़ी गलती है। मैं गुरदास सिंह को भी माफ़ी मांगना पर ऐतकी असी इन्होंने साढ़े नाम मोहरे होना साढ़े नाम हर हर बार असं इन्हों सा नाम मोहरे सहयोग देंगे तो पिछले असी रहना इन्होंने। वाहगुरू जी का खालसा वाहू।